ਐਮਐਲਏ ਸਾਹਿਬ ਜੀ ਨੂੰ ਸਨਮਾਨ ਕੀਤਾ ਜਾਓ। ਮਾਨ ਸਨਮਾਨ ਵਾਕਈ ਸ਼ੇਰੋਵਾਲੀਆ ਦੀ ਹਨੇਰੀਆਂ ਲਿਆਉਣ ਵਾਲੇ ਬੰਦੇ ਹੈ ਔਰ ਬਹੁਤ ਧੰਨ ਧੰਨ ਕਰਾ ਕੇ ਤੁਹਾਡੇ ਇਲਾਕੇ ਦੀ ਡਿਵੈਲਪਮੈਂਟ ਕਹਿੰਦੇ ਬਹੁਤ ਵਧੀਆ ਹੋ ਰਹੀ ਹੈ। ਇਹ ਮਾਣ ਵਾਲੀ ਗੱਲ ਹੈ, ਪੂਰੇ ਇਲਾਕੇ ਨੂੰ ਉੱਧਰ ਦੇਖੋ, ਇੱਕ ਦੂਜੇ ਉੱਪਰ ਚੜ ਕੇ ਗੱਭਰੂ ਇਸ ਵਕਤ ਪੂਰੀ ਤਰ੍ਹਾਂ ਮਿੱਟੀ ਵਾਲੀ ਰਵਾਇਤੀ ਕੁਸ਼ਤੀ ਵਿੱਚ ਜ਼ੋਰ ਜ਼ਮਾਈ ਕਰਦੇ ਹੋਏ ਕਿ ਮਿਟਾ ਦੇ ਆਪਣੀ ਹਸਤੀ ਕੋ, ਅਗਰ ਕੁਛ ਮਰਤਬਾ ਚਾਹੇ ਦਾਣਾ ਖਾਕ ਮੇਂ ਮਿਲਕਰ ਬੁਲੇ ਗੁਲਜ਼ਾਰ ਹੋਤਾ ਹੈ। ਹਸਤੀ ਨੂੰ ਮਿਟਾਉਣਾ ਪੈਂਦਾ, ਫਿਰ ਕਿਤੇ ਜਾ ਕੇ ਪੱਟੇ ਵਿੱਚ ਘੁੰਡ ਵਾਲਾ ਮੱਲ ਬਣਦਾ। ਇੱਕ ਦਿਨ, ਦੋ ਦਿਨ, ਚਾਰ ਦਿਨ ਦੀ ਮਿਹਨਤ ਨਹੀਂ, ਇਹਨਾਂ ਨੇ ਜ਼ਿੰਦਗੀ ਭਰ ਲਾਈ ਹੁੰਦੀ ਹੈ ਕੁਸ਼ਤੀਆਂ ਤੇ, ਜ਼ਿੰਦਗੀ ਭਰ ਇਹਨਾਂ ਨੇ ਆਪਣੇ ਗੁਰੂ ਦੇ ਲੇਖੇ ਲਾਈ ਹੈ ਔਰ ਫਿਰ ਕਿਤੇ ਕੁਸ਼ਤੀ ਦੇ ਦਾਤੇ ਸਿੱਕੇ ਹੁੰਦੇ ਆ ਕਿ ਇੱਕ ਦੂਜੇ ਤੋਂ ਚੜ ਕੇ ਗੱਭਰੂ ਕਰਨ ਫੈਸਲਾ, ਅੜ ਕੇ ਗੱਭਰੂ ਹੱਥ ਸਿਰ ਤੇ ਬਾਬੇ ਦੀਆਂ ਮਿਹਰਾਂ ਦਾ ਮਿੱਤਰਾ ਇਲਾਕਾ ਸ਼ੇਰਾਂ ਦਾ ਦਾਦੇ ਪੜਦਾਦਿਆਂ ਦੀ ਸਰਦਾਰੀ ਸਾਂਭ ਕੇ ਰੱਖਦਾ ਕੋਈ ਕੋਈ ਤੇ ਬਚਪਨ ਵਾਲੇ ਯਾਰਾਂ ਦੀ ਯਾਰੀ ਸਾਂਭ ਕੇ ਰੱਖਦਾ ਕੋਈ ਕੋਈ। ਸੋ ਸਾਂਭਣ ਦਾ ਵੇਲਾ ਆਪਣੀ ਸਰਦਾਰੀ ਨੂੰ, ਕਿਉਂਕਿ ਕੁਸ਼ਤੀ ਵਿੱਚ ਪੰਜਾਬੀਆਂ ਦੀ ਹਮੇਸ਼ਾ ਸਰਦਾਰੀ ਰਹੀ ਹੈ ਔਰ ਇਹ ਰੱਖਣੀ ਵੀ ਹੈ ਤੇ ਉਹ ਅਣਖੀ ਪੰਜਾਬੀਓ ਸਾਂਭੋ ਸਰਦਾਰੀ। ਇਹ ਧਰਤੀ ਤੁਹਾਡੀ ਮਾਂ ਹੈ, ਮਾਂ ਜਾਨੋ ਪਿਆਰੀ, ਇਹ ਅਣਖੀ ਪੰਜਾਬੀਓ ਸਾਂਭੋ ਸਰਦਾਰੀ। ਸੋ ਅੱਜ ਜੇ ਹਰਿਆਣਾ ਜੁੜ ਤੋਂ ਅੱਗੇ ਜਾ ਰਿਹਾ ਹੈ, ਸੋਚਣ ਤੇ ਵਿਚਾਰਨ ਦੀ ਜ਼ਰੂਰਤ ਹੈ ਕਿ ਉਹ ਵੀ ਸਾਡਾ ਹੀ ਹੈ, ਉਹ ਵੀ ਪੰਜਾਬ ਦਾ ਹਿੱਸਾ ਰਿਹਾ। ਇੱਕ ਪਾਸੇ ਨੇਕੀ ਕੰਗਣੀ ਵਾਲ ਤੇ ਦੂਜੇ ਪਾਸੇ ਪ੍ਰਿੰਸ ਕੁਹਾਲੀ, ਦੋਵੇਂ ਇੱਕੋ ਜਿਹਾ ਮੱਲ ਲੜ ਗਿਆ ਪੇਚਾ ਸੋਹਣੇ ਸੱਜਣਾ ਦੇ ਨਾਲ, ਲੜ ਗਿਆ ਪੇਚਾ ਸੋਹਣੇ ਸੱਜਣਾ ਦੇ ਨਾਲ। ਮੈਦਾਨ ਦੇ ਵਿੱਚ ਦੋ ਪਹਿਲਵਾਨ, ਇੱਕ ਨਿਸ਼ਤਰ ਸੱਤਾ ਜੀ, ਇਹਨਾਂ ਦੀ ਜ਼ਰੂਰ ਮਦਦ ਕਰੋ। ਕਈ ਆਪਰੇਸ਼ਨ ਹੋਣ ਤੋਂ ਬਾਅਦ ਵੀ ਇਹਨੂੰ ਤੁਹਾਡੀ ਮਦਦ ਦੀ ਜ਼ਰੂਰਤ ਹੈ, ਜ਼ਰੂਰ ਇਹਦੀ ਮਦਦ ਕਰੋ, ਬੜੀ ਇਲਾਜ ਵਾਸਤੇ ਮਦਦ ਦੀ ਜ਼ਰੂਰਤ ਹੈ। ਬਹੁਤ ਬਹੁਤ ਧੰਨਵਾਦ। ਜਲਦੀ ਹੋਈ ਮੈਦਾਨ ਦੇ ਵਿੱਚ ਪਟਕੇ ਦੀ ਕੁਸ਼ਤੀ, ਅੱਜ ਵੀ ਝੰਡੀ ਦੀ ਕੁਸ਼ਤੀ, ਫਾਈਨਲ ਕੁਸ਼ਤੀ। ਬਹੁਤ ਵੱਡੇ ਇਨਾਮ ਦਿੱਤੇ ਗਏ ਨਗਰ ਨਿਵਾਸੀਆਂ ਵੱਲੋਂ, ਇਲਾਕਾ ਨਿਵਾਸੀਆਂ ਵੱਲੋਂ, ਤਦ ਤੇ ਧੰਨਵਾਦ ਕਰਨਾ ਬਣਦਾ ਉਹਨਾਂ ਦਾਨੀ ਸੱਜਣਾ ਦਾ ਜਿਹਨਾਂ ਨੇ ਪਟਕੇ ਦੇ ਇਨਾਮ ਜਿਹੜੇ ਆ ਆਪਣੀ ਨੇਕ ਕਮਾਈ ਵਿੱਚੋਂ ਦਿੱਤੇ ਆ। ਸਰਦਾਰ ਠਾਕੁਰ ਸਿੰਘ ਜੀ ਖਾਲਸਾ, ਇਹਨਾਂ ਦਾ ਪਰਿਵਾਰ ਜਿਹਨਾਂ ਵੱਲੋਂ ਇਹ ਪਟਕਾ ਦਿੱਤਾ ਜਾ ਰਿਹਾ, ਇਸ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰਗੁਜ਼ਾਰ ਹਾਂ ਜੀ। ਤੇ ਆਓ ਦੇਖਾਂਗੇ ਮੈਦਾਨ ਵਿੱਚ ਦੋ ਸੂਰਮੇ, ਇੱਕੋ ਜਿਹਾ ਸਰੀਰ, ਇੱਕੋ ਜਿਹੀਆਂ ਤਾਕਤਾਂ, ਇੱਕੋ ਜਿਹੀਆਂ ਕਮਾਈਆਂ ਤੇ ਇੱਕੋ ਜਿਹਾ ਦਮ ਖੰਮ ਵਾਲੇ ਗੱਭਰੂ, ਇੱਕੋ ਜਿਹਾ ਸਰੀਰ, ਇੱਕੋ ਜਿਹੀ ਜਾਨ ਚੋਂ ਸੂਰਮੇ ਨੂੰ ਬਹਿਣਾ ਹੁੰਦਾ ਭੱਜਣਾ ਮੈਦਾਨ ਚੋਂ, ਸੂਰਮੇ ਨੂੰ ਬਹਿਣਾ ਹੁੰਦਾ ਭੱਜਣਾ ਮੈਦਾਨ ਚੋਂ। ਰਾਹ ਪੁੱਛ ਕੇ ਸਫਰੀ ਕਰੂੰਗੇ ਰਹਿ ਜਾਂਦੇ ਅਤਿਕਾਰ, ਇਹਨੂੰ ਪ੍ਰਿੰਸ ਕੁਹਾਲੀ ਕਹਿੰਦੇ ਆ। ਮਿੱਤਰਾ ਖਿੱਚ ਕੇ ਤਾੜੀ ਮਾਰ, ਮਿੱਤਰਾ ਖਿੱਚ ਕੇ ਤਾੜੀ ਮਾਰ, ਬਾਬੇ ਤਾੜੀ ਮਾਰੋ ਜਰਾ ਤੇ
ਕੁਰਸੀ ਦੇਣੀ ਆਪਾਂ ਜਕਾਰਾ ਬੁਲੰਦ ਕਰਾਂਗੇ ਸਾਰੀ ਸੰਗਤ ਮਿਲ ਕੇ ਜਕਾਰਾ ਲਾਵਾਂਗੇ ਤੇ ਸਿੰਧ ਵੇਲਾ ਵਧੀਆ ਸਤਿਗੁਰ ਦੀ ਕਿਰਪਾ ਨਾਲ ਹੋਇਆ ਕਿ ਜੋ ਬੋਲੇ ਸਤੋ ਨਿਹਾਲ ਸਤਿ ਸ੍ਰੀ ਅਕਾਲ ਰੱਬ ਦਾ ਪ੍ਰਿੰਸ ਕੋਹਾਲੀ ਤੇ ਕਰਦਾ ਚੁਹਿੰਦਾ ਗਮਰੂ ਚਿੱਤਾਂ ਦਰਜ ਕਰਨ ਵਾਲਾ ਮੇਲੇ ਲੁੱਟਣ ਵਾਲਾ